ਸਤਿਕਾਰ ਦੋਸਤੋ ਮੈਂ ਤੁਹਾਡਾ ਆਪਣਾ ਅਮਰਦੀਪ ਅਹੁਜਾ ਅੱਜ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਬਾਬਾ ਜਗਦੀਸ਼ ਸਿੰਘ ਜੀ ਦੀ ਅਗਵਾਈ ਵਿੱਚ ਸ਼ਾਹੀ ਸਮਾਧਾਂ ਵਿੱਚ ਮਹਾਰਾਜਾ ਹਨੂੰਮਤ ਸਿੰਘ ਜੀ ਇਹ ਸਥਾਨ ਮਹਾਰਾਜਾ ਜਗਦੀਸ਼ ਸਿੰਘ ਜੀ ਮਹਾਰਾਜ ਵਿੱਚ ਬਣਾਇਆ ਗਿਆ ਕਿਉਂਕਿ 1911 ਵਿੱਚ ਮਾਨ ਸਾਹਿਬ ਦਾ ਇੱਥੇ ਸੰਸਥਾਨ ਕੀਤਾ ਸੀ ਲੋਕ ਅੱਜ ਵੀ ਬਹੁਤ ਮਸ਼ਹੂਰ ਚੰਦੇ ਨੇ ਅਤੇ ਅੱਜ ਦਾ ਦਿਹਾੜਾ ਜੋ ਮਹਾਰਾਜਾ ਜਗਦੀਸ਼ ਸਿੰਘ ਦੇ ਪੋਤੇ ਸੀ ਮਹਾਰਾਜਾ ਹਨੂੰਮਤ ਸਿੰਘ ਜੋ ਪਿਛਲੇ ਸਾਲ 30 ਜੂਨ 17 'ਚ ਸਿਖਾਈ ਕਰਕੇ ਸੀ ਵਾਸ ਹੋ ਗਈ ਸੀ ਅੱਜ ਉਹਨਾਂ ਨੇ ਪਹਿਲੀ ਵਾਰ ਮਨਾਈ ਗਈ ਹੈ ਅਤੇ ਉਹਨਾਂ ਦੇ ਪਰਿਵਾਰ ਨੇ ਵੀ ਆਉਣਾ ਸੀ ਕਿਸੇ ਕਾਰਨ ਕਰਕੇ ਆ ਨਹੀਂ ਸਕੇ ਅਤੇ ਮਹਾਰਾਜਾ ਜਸਵਿੰਦਰ ਸਿੰਘ ਅਤੇ ਰਾਜਾ ਕ੍ਰਿਸ਼ਨ ਸਿੰਘ ਜੀ ਵੀ ਆਉਣਾ ਸੀ ਅਤੇ ਇੱਥੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸਥਾਨ ਚੱਲ ਰਿਹਾ ਹੈ ਇਹਦਾ ਸਥਾਨ ਦਾ ਜਿਹੜਾ ਮਤਲਬ ਜ਼ਿੰਮੇਵਾਰੀ ਉਹ ਮਹਾਰਾਜ ਸਾਹਿਬ ਦੇ ਪਰਿਵਾਰ ਦੀ ਹੈ ਉਹ ਇੱਕ ਤਕਰੀਬਨ 1000-1200 ਸੰਗਤਾਂ 3 ਦਿਨ ਤੋਂ ਚੱਲ ਰਿਹਾ ਗੰਦਵਾਲ ਸਾਹਿਬ 3 ਦਿਨ ਤੋਂ ਲੰਗਰ ਚੱਲ ਰਿਹਾ ਹਰੇਕ ਸੰਗਦਾਨ ਨੂੰ ਇੱਥੇ ਲੰਗਰ ਚੱਲਦਾ ਕਿਸੇ ਤੋਂ ਕੋਈ ਗਰਾਹੀ ਨਹੀਂ ਹੁੰਦੀ ਨਾ ਕਿਸੇ ਨੂੰ ਕੋਈ ਅਧਿਕਾਰ ਕਿਸੇ ਨੂੰ ਗਰਾਹੀ ਕਰਨ ਸਭ ਗੁਰੂ ਸਾਹਿਬ ਆਪ ਹੀ ਆਏ ਸਾਲ ਮਨਾਏ ਜਾਂਦੇ ਹਾਂ ਮਹਾਰਾਜ ਸਾਹਿਬ ਮਹਾਰਾਜ ਹੀਰਾ ਸਿੰਘ ਜੀ ਆਏ ਸਾਲ ਮਨਾਏ ਜਾਂਦੇ ਇਹ ਪਹਿਲੀ ਵਾਰ ਸੀ ਮਨਾਈ ਜਾਂਦਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਸੇਵਾ ਕਰਦੇ ਨੂੰ ਮੈਨੂੰ 1983 ਤੋਂ ਆਉਂਦਾ 1983 ਤੋਂ ਮੈਂ ਅਤੇ ਉਹ ਵੀ ਸੰਗਤਾਂ ਦਾ ਸਾਰਿਆਂ ਦਾ ਜਿਹੜੀ ਪਹਿਲੀ ਵਰਸੀ ਮਨਾਈ ਗਈ ਸਹਿਰ ਸੰਗਤਾਂ ਹੁਮ ਹੁਮਾ ਕੇ ਪਹੁੰਚੀਆਂ ਹਾਂਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ